ਸਾਡੇ ਕੋਲ ਸਾਡੇ ਸਪੈਸ਼ਲ ਸੈੱਲ ਦੀ ਇਨਫੋਰਮੇਸ਼ਨ ਸੀ, ਉਹਦੇ ਬੇਸ 'ਤੇ ਅਸੀਂ ਲਾਲੜੂ ਇਸੜੂ ਨਾਕਾ ਲਾਇਆ ਹੋਇਆ ਸੀਗਾ। ਸੰਤੋਖ ਸਿੰਘ ਸਬ ਇੰਸਪੈਕਟਰ ਜਿਹੜੇ ਸਾਡੇ ਹੈਗੇ ਇੰਚਾਰਜ ਇਸੜੂ, ਉਹਨਾਂ ਵੱਲੋਂ ਨਾਕਾ ਲਾਇਆ ਗਿਆ ਸੀਗਾ। ਉੱਥੇ ਇਹ ਟਰੱਕ ਅਸੀਂ ਫੜਿਆ ਹੈਗਾ। ਇਹਨੂੰ ਜਿਹੜਾ ਸੀਗਾ ਡਰਾਈਵਰ ਇਹਦਾ ਹਰਪ੍ਰੀਤ ਸਿੰਘ ਸਾਨਾ ਸੁਖਦੇਵ ਸਿੰਘ, ਇਹ ਇੱਥੋਂ ਦਾ ਰਹਿਣ ਵਾਲਾ ਹੈਗਾ, ਪ੍ਰੀਤਨਗਰ ਦਾ, ਬੰਤ ਕਲੋਨੀ ਦਾ, ਸੋਰੀ, ਹਾਊਸ ਨੰਬਰ 126 ਬੰਤ ਕਲੋਨੀ, ਹਰਪ੍ਰੀਤ ਸਿੰਘ ਏਲੀਅਸ ਪ੍ਰੀਤ, ਇਹਨੂੰ ਅਸੀਂ ਕਾਬੂ ਕੀਤਾ ਹੈਗਾ। ਅਤੇ ਇਹਦੇ ਕੋਲ ਟਰੱਕ ਦੇ ਵਿੱਚ ਲਿਫਟਿੰਗ ਦਾ ਸਮਾਨ ਸੀ, ਕੋਈ ਉੱਥੋਂ ਲੈ ਕੇ ਆਇਆ ਸੀ, ਨਾਗਪੁਰ ਤੋਂ ਸਮਾਨ ਲੈ ਕੇ ਆਇਆ ਸੀਗਾ, ਜਿਹੜਾ ਲਿਫਟਾਂ ਦਾ ਸਮਾਨ ਹੁੰਦਾ, ਜੌਨਸਨ ਕੰਪਨੀ ਦਾ ਸਮਾਨ ਸੀ। ਅਤੇ ਉਹਦੇ ਵਿੱਚ ਇਹਨੇ ਦੋ ਬੈਗ ਇਹਦੇ ਭੁੱਕੀ ਦੇ 50-50 ਕਿਲੋ ਦੇ ਰੱਖੇ ਹੋਏ ਸੀ, ਇੱਕ ਕੁਇੰਟਲ ਦੇ ਕਰੀਬ, ਇੱਕ ਕੁਇੰਟਲ ਪੂਰੀ ਭੁੱਕੀ ਸਾਨੂੰ ਉਹਦੇ 'ਚੋਂ ਮਿਲੀ ਹੈ। ਅਤੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੋਈ ਬਾਈਪਾਸ ਨਹੀਂ ਸੀ, ਇਹ ਇੱਥੇ ਹੀ ਰਹਿੰਦਾ ਅਤੇ ਇੱਥੇ ਹੀ ਸਪਲਾਈ ਕਰਦਾ, ਇਹ ਇੱਥੇ ਲੋਕਲ ਸਪਲਾਈ ਕਰਦਾ। ਜਿਹੜੀ ਅਸੀਂ ਇਨਵੈਸਟੀਗੇਸ਼ਨ ਹੁਣ ਕਰ ਰਹੇ ਹਾਂ ਉਹਦਾ ਰਿਮਾਂਡ ਲੈ ਕੇ, ਉਹਦੇ 'ਚ ਅਸੀਂ ਉਹ ਬੰਦੇ ਵੀ ਕਵਰ ਕਰਾਂਗੇ ਕਿੱਥੇ ਕਿੱਥੇ ਇਹ ਸਪਲਾਈ ਕਰਦਾ, ਇਹਦੇ ਨਾਲ ਹੋਰ ਕੌਣ ਜਿਹੜਾ ਮੇਨ ਇਹਨੂੰ ਮਨੀ ਕੌਣ ਇਹਨੂੰ ਪ੍ਰੋਵਾਈਡ ਕਰ ਰਿਹਾ, ਜਿਹੜਾ ਇਹ ਬਾਇਆ ਉੱਧਰੋਂ ਨਾਗਪੁਰ ਤੋਂ MP ਦੇ ਵਿੱਚੋਂ ਲੈ ਕੇ ਆਇਆ। ਸਰ, ਕੀ ਇਹ ਜਿਹੜਾ ਉਰੇ ਇਹਨੇ ਗਾਹਾਂ ਡੀਲਰ ਬਣਾਏ ਸੀ ਜਾਂ ਫਿਰ ਆਪ ਇਹ ਜੇ ਸਪਲਾਈ ਦਿੰਦਾ ਸੀਗਾ ਜਿਹੜੇ ਖਾਣ ਵਾਲੇ ਹੈਗੇ ਨੇ? ਇਹਦੇ ਅੱਗੇ ਆਪ ਸਪਲਾਈ ਦਿੰਦਾ ਸੀ, ਇਹ ਕਿਸੇ ਨੂੰ 2 ਕਿਲੋ 3 ਕਿਲੋ ਇੱਦਾਂ ਦੀ ਸਪਲਾਈ ਇਹ ਕਰਦਾ ਸੀ, ਜਿਹੜੇ ਖਾਣ ਵਾਲੇ ਨੇ ਉਹਨਾਂ ਨੂੰ ਸਪਲਾਈ ਜ਼ਿਆਦਾ ਇਹ ਦਿੰਦਾ ਸੀ। ਅਤੇ ਇਹਦੇ ਨਾਲ ਇੱਕ ਦੋ ਬੰਦੇ ਸਾਨੂੰ ਸ਼ੱਕ ਹੈ ਵੀ ਹੋਰ ਵੀ ਜੁੜੇ ਹੋਏ ਨੇ ਜਿਹੜੇ ਇਹਨੂੰ ਫੰਡਿੰਗ ਕਰਦੇ ਨੇ ਇਸ ਕੰਮ ਲਈ। ਸਰ, ਇਹਦੀ ਬੈਕਗਰਾਊਂਡ ਕੀ ਹੈ? ਇਹਦੀ ਬੈਕਗਰਾਊਂਡ ਤਾਂ ਇਹੀ ਹੈ ਵੀ ਇਹ ਕਾਫੀ ਸਮੇਂ ਤੋਂ ਇੱਥੇ ਰਹਿ ਰਿਹਾ ਅਤੇ ਇਸ ਕੰਮ 'ਚ ਇੰਡਲਜ ਹੋ ਚੁੱਕਿਆ। ਪਹਿਲਾਂ ਤਾਂ ਇਹਦੇ 'ਤੇ ਕੋਈ ਹਾਲੇ ਤੱਕ ਸਾਡੇ ਕੋਲ ਨਹੀਂ ਆਇਆ ਵੀ ਇਹਦੇ 'ਤੇ ਕੋਈ ਪੁਰਾਣਾ ਕੇਸ ਹੈਗਾ, ਪਰ ਇਹ ਰਹਿਣ ਵਾਲਾ ਪਿੱਛੋਂ ਇਹ ਪਿੰਡ ਇਹਦਾ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਪਰ ਰਹਿੰਦਾ 30-40 ਸਾਲ ਤੋਂ ਇੱਥੇ ਹੀ ਹੈ। ਅਸੀਂ ਇਹਦੀ ਪ੍ਰੋਪਰਟੀ ਵੀ ਚੈੱਕ ਕਰਾਂਗੇ ਵੀ ਇਹਨੇ ਘਰ ਘੁਰ ਬਣਾਇਆ ਹੋਇਆ ਪਤਾ ਲੱਗਿਆ, ਅਤੇ ਅਸੀਂ ਉਹ ਸਾਰਾ ਜੇ ਕਮਰਸ਼ੀਅਲ ਕੇਸ ਹੈ ਅਤੇ ਉਹਦੀ ਪ੍ਰੋਪਰਟੀ ਫਰੀਜ਼ ਕਰਨ ਤੱਕ ਵੀ ਜਾਵਾਂਗੇ।